ਸਵਾਗਤ ਹੈ ਭਾਰਤ ਨੈਟਵਰਕ ਟੀ ਵੀ ਵਿੱਚ ਅਤੇ ਮੈਂ ਹਾਂ ਮਨੀਸ਼ ਚੌਹਾਨ। ਇਸ ਵੇਲੇ ਅਸੀਂ ਬਠਿੰਡਾ ਦੇ ਦਾਣਾ ਮੰਡੀ ਵਿੱਚ ਮੌਜੂਦ ਹਾਂ। ਲਓ ਜੀ ਫਿਰ ਤਿਆਰੀ ਹੋ ਗਈ ਦਿੱਲੀ ਜਾਣ ਦੀ, ਤਾਂ ਦੇਖ ਸਕਦੇ ਹੋ ਤਸਵੀਰਾਂ ਆ ਟਰਾਲੀ ਦੀਆਂ, ਜਿਹੜੀ ਆ ਤਰਪਾਲ ਦੇਖ ਸਕਦੇ ਹੋ, ਤਿਆਰੀ ਚੱਲ ਰਹੀ ਆ ਕਸਣ ਦੀਆਂ ਦੇਖ ਸਕਦੇ ਹੋ। ਟਰਾਲੀ ਇਹ ਜਿਹੜੇ ਕਿ ਸਰਦਾਰ ਸਾਹਿਬ ਦੇਖ ਸਕਦੇ ਹੋ, ਜਿਹੜੇ ਕਿ ਕਿਸਾਨ ਜਿਹੜੇ ਲੀਡਰ ਨੇ ਉਹ ਵੀ ਦੇਖ ਸਕਦੇ ਹੋ, ਦਿੱਲੀ ਚੱਲਣ ਦਾ ਤਿਆਰੀ ਕਰ ਰਹੇ ਗਿਆ। ਤਸਵੀਰਾਂ ਵਿੱਚ ਰੱਸੀਆਂ ਕੱਸੀਆਂ ਜਾ ਰਹੀਆਂ, ਸਾਰੇ ਜਿਹੜੇ ਕਿਸਾਨ ਨੇ ਤਿਆਰੀ ਕਰ ਰਹੇ ਨੇ ਰਹਿੰਦੀਆਂ ਮੰਗਾਂ ਨੂੰ ਲੈ ਕੇ, ਜਿਹੜੀ ਕਿ ਜਾ ਰਹੇ ਨੇ ਫਿਰ ਦੁਬਾਰਾ ਦਿੱਲੀ। ਅਤੇ ਤੁਹਾਨੂੰ ਦਿਖਾਵਾਂਗੇ 13 ਫਰਵਰੀ ਦੀ ਕੀ ਤਿਆਰੀਆਂ ਚੱਲ ਰਹੀਆਂ ਨੇ ਹੁਣ ਤੱਕ। ਆਹ ਦੇਖ ਸਕਦੇ ਹੋ ਬੈਠੇ ਤਿਰਪਾਲਾਂ ਸਾਰੀ ਸੈੱਟ ਕਰੀ ਜਾ ਰਹੀ ਹੈਗਾ, ਅਤੇ ਗੱਦੇ ਗੁੱਦੇ ਵੀ ਜਿਹੜੇ ਹੈਗੇ ਸੈੱਟ ਕਰ ਲਏ, ਰਾਸ਼ਨ ਪਾਣੀ ਦੀ ਵੀ ਤਿਆਰੀ ਕਰ ਲਈਆਂ। ਜਿਹੜੇ ਕਿਸਾਨ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ, ਸਾਡੇ ਨਾਲ ਕਿਸਾਨ ਆਗੂ ਜਿਹੜੇ ਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਾਬਤਾ ਵੀ ਕਹਿ ਰਹੇ ਨੇ ਉਸ ਟਾਈਮ ਜਦੋਂ ਤੁਸੀਂ ਜਾਓਗੇ ਚੋਣ ਜਾਬਤਾ ਵੀ ਲੱਗ ਜੂਗਾ, ਉਦੋਂ ਜਾਣ ਦਾ ਉਹ ਕਹਿ ਰਹੇ ਨੇ। ਦੇਖੋ ਸਾਡੀ ਕੋਈ ਇਹ ਖਿਆਲ ਨਹੀਂ, ਮੈਂ ਸੁੱਧਾ ਇਸ ਕਰਕੇ ਤੁਹਾਡੇ ਚੈਨਲ ਰਾਹੀਂ ਮੈਂ ਕਿਸਾਨਾਂ ਨੂੰ ਸੱਦਾ ਦਿੰਦਾ, ਇਹ ਭੁਲੇਖੇ 'ਚ ਨਾ ਰਹਿਣ ਕਿ ਚੋਣ ਜਾਬਤਾ ਲੱਗਦਾ ਹੀ ਰਹਿੰਦਾ, ਚਾਹੇ ਇੱਥੇ ਸਰਪੰਚ ਇਲੈਕਸ਼ਨ ਹੋ ਜਾਣ, ਚਾਹੇ ਇੱਥੇ MLA ਦੇ ਇਲੈਕਸ਼ਨ ਹੋ ਜਾਣ, ਚਾਹੇ ਇੱਥੇ ਪਾਰਲੀਮੈਂਟ ਦੇ ਇਲੈਕਸ਼ਨ ਹੋ ਜਾਣ, ਇਹ ਚੋਣ ਜਾਬਤੇ ਲੱਗਦੇ ਰਹਿਣਗੇ। ਅੱਗੇ ਵੀ ਅਸੀਂ 13 ਮਹੀਨੇ ਬੈਠੇ, 13 ਮਹੀਨਿਆਂ ਦੇ ਵਿੱਚ ਬੜੀਆਂ ਸਰਕਾਰਾਂ ਬਦਲੀਆਂ ਬੜੀਆਂ ਆਈਆਂ, ਪਰ ਸਾਡੇ ਮਨ ਤਾਂ ਇੱਕੋ ਹੀ ਸੀ ਕਿ ਮੰਗਾਂ ਮਨਾ ਕੇ ਜਾਣਾ। ਅਸੀਂ ਐਤਕੀ ਵੀ ਮੰਗਾਂ ਮਨਾ ਕੇ ਜਾਣਾ, ਸਾਡੇ ਵੱਲੋਂ ਸਰਕਾਰ ਕਿਸੇ ਦੀ ਆਵੇ ਨਾ ਆਵੇ, ਠੀਕ ਹੈ, ਸਾਡੇ ਲਈ ਤਾਂ ਚੋਣ ਜਾਬਤੇ ਰੋਜ਼ ਹੀ ਲੱਗੇ ਵੇ। ਅਸੀਂ ਤਾਂ ਜਦੋਂ ਕਿਸੇ ਦੇ ਘਰ ਕੰਨੀ ਤੁਰਦੇ ਹਾਂ ਨਾ, ਉਹ ਕਹਿੰਦੇ ਜੀ ਤੁਹਾਡੇ ਤਾਂ 44 ਦਫਾ ਲੱਗਿਆ, ਭਾਈ ਸਾਨੂੰ ਤਾਂ ਦਿਸਿਆ ਨਹੀਂ, ਜੇ ਦਿਸਿਆ ਤਾਂ ਫਿਰ ਫੜ ਲਓ ਲੈ ਜਾਓ ਜੇਲ੍ਹ, ਅਤੇ 44 ਦਫਾ ਸਾਨੂੰ ਤਾਂ ਉਦੀ ਦਿਸਦੇ ਆ। ਅੱਜ ਇਸ ਕਰਕੇ ਸਰਕਾਰ ਨੂੰ ਜ਼ਿੰਮੇਵਾਰੀ ਬਣਦੀ ਆ, ਉਹ ਮੰਗਾਂ ਲਾਗੂ ਕਰਨੀਆਂ ਚਾਹੀਦੀਆਂ, ਇੱਕ ਮੰਨੀਆਂ ਤਾਂ ਹੈਗੀਆਂ, ਲਾਗੂ ਕਰਨੀਆਂ ਚਾਹੀਦੀਆਂ। ਪਰ ਮੈਂ ਇਸ ਕਰਕੇ ਜਿਹੜੇ ਪੰਜਾਬ ਦੇ ਅੱਜ ਖਾਸ ਕਰਕੇ ਜ਼ਿਲ੍ਹਾ ਬਠਿੰਡੇ ਦੇ ਜਿੰਨੇ ਕਿਸਾਨ ਆਏ ਆ, ਇਹਨਾਂ ਦੀ ਤਿਆਰੀ ਦੇ ਵਿੱਚੋਂ ਮੈਨੂੰ ਤਸੱਲੀ ਜੀ ਹੋਈ ਹੈ ਕਿ ਅਸੀਂ ਜਿਹੜੀਆਂ ਮੀਟਿੰਗਾਂ ਕੀਤੀਆਂ, ਕਾਨਫਰੰਸਾਂ ਕੀਤੀਆਂ, ਪੰਜਾਬ ਦੇ ਵਿੱਚ ਬਹੁਤ 3 ਅਸੀਂ ਦੋਨੇ ਫੋਰਮਾਂ ਵੱਲੋਂ 3 ਪ੍ਰੋਗਰਾਮ ਕੀਤੇ। ਪਹਿਲਾਂ ਅਸੀਂ ਇਕੱਲਾ ਮੋਰਚੇ ਵੱਲੋਂ ਸਰਾਭੇ ਦੇ ਵਿੱਚ ਕੀਤਾ, ਉਦੋਂ ਬਾਅਦ ਅਸੀਂ ਜੰਡਾਲਾ ਗੁਰੂ ਕੇ ਕੀਤਾ, ਬਰਨਾਲੇ ਦੇ ਵਿੱਚ ਕੀਤਾ, ਲੱਖਾਂ ਦੇ ਇਕੱਠ ਹੋਏ, ਲੱਖਾਂ ਦੇ ਇਕੱਠ ਦੇ ਵਿੱਚੋਂ ਕਿਸਾਨਾਂ ਦੇ ਉਤਸ਼ਾਹ ਹੋਇਆ। ਅੱਜ ਇਹਨਾਂ ਨੂੰ ਤਿਆਰੀ 'ਚ ਪਾਉਣਾ, ਹੁਣ ਇਹਨਾਂ ਨੇ ਜਾ ਕੇ ਪਿੰਡਾਂ ਦੇ ਵਿੱਚੋਂ ਫੰਡ ਟਰੈਟ ਟਰਾਲੀਆਂ ਤਿਆਰ ਕਰਕੇ ਲੋਕਾਂ ਨੂੰ ਘਰ ਘਰ ਜਾ ਕੇ ਦੱਸਣਾ ਹੈ। ਅਤੇ ਕੋਈ ਕਿਸਾਨ ਜਿਹੜਾ, ਮੈਨੂੰ ਲੱਗਦਾ ਬਹੁਤ ਇਹੋ ਜਿਹੇ ਵੀ ਵਰਗ ਪਏ ਆ, ਬਹੁਤ ਕਿਸਾਨ ਇਹੋ ਜਿਹੇ ਪਏ ਨੇ ਕਿ 13 ਮਹੀਨਿਆਂ 'ਚ ਦਿੱਲੀ ਨਹੀਂ ਗਏ ਕੋਈ। ਅਸੀਂ ਤਾਂ ਉਹਨਾਂ ਨੂੰ ਪਰਮਾਤਮਾ ਨੇ ਪਤਾ ਨਹੀਂ ਕਿਵੇਂ ਸਮਾਂ ਦਿੱਤਾ, ਉਹ ਜਿਹੜੇ ਰਹਿ ਗਏ ਹੁਣ ਸਮਾਂ ਹੁਣ ਆ ਜਾਓ, ਐਤਕੀ ਨਾ ਰਹਿ ਜਾਓ, ਜੇ ਆਗੂ ਰਹਿ ਜਾਣਗੇ ਕੋਈ ਡਰ ਨਹੀਂ, ਪਰ ਜਿਹੜਾ ਵਰਗ ਹੈ, ਜਿਹੜੇ ਕਿਸਾਨ ਆ ਜਿਹਦੀ ਜਿਹ ਤੋਂ ਜ਼ਮੀਨ ਖੋਣੀ ਹੈ, ਉਹ ਨਾ ਰਹੇ ਜੀ। ਆਗੂ ਉਹਨਾਂ ਦਾ ਕੋਈ ਲੋੜ ਨਹੀਂ, ਇੱਥੇ ਆਗੂ ਜਾਂਦੇ ਨੇ ਆਉਂਦੇ ਆ ਬਥੇਰੇ। ਅੱਜ ਜਿਹੜੀ ਹਾਲਤ 'ਚ ਬੈਠੇ ਹਾਂ, ਜਿਹੜੇ ਕਿਤੇ ਇਕੱਲੀ ਯੂਨੀਅਨ ਸੀ, ਇਕੱਲਾ ਆਗੂ ਸੀ, ਉਹ ਤਾਂ ਰਾਜਸਭਾ ਚਲੇ ਗਏ। ਜੇ ਅਸੀਂ ਸੋਚਦੇ ਵੀ ਆਗੂ ਦਾ ਸਾਡਾ ਰਾਜਸਭਾ ਚਲਿਆ ਗਿਆ, ਅਸੀਂ ਆਖਿਆ ਵੀ ਆਗੂ ਜਾਂਦਾ ਜਾਣਦੇ, ਪਰ ਕਿਸਾਨਾਂ ਦੇ ਮਸਲੇ ਉੱਤੇ ਕੋਈ ਇੱਕ ਫੇਰ ਆ ਗਿਆ ਆਗੂ, ਉਹ ਕਹਿੰਦਾ ਮੈਂ ਤਾਂ ਚੇਅਰਮੈਨ 'ਚ ਜਾਣਾ, ਚੇਅਰਮੈਨ 'ਚ ਚਲਿਆ ਗਿਆ, ਜਾਈ ਜਾਣ ਜਿੱਧਰ ਨੂੰ ਜਾਣਾ। ਅੱਜ ਵੀ ਖਾਸ ਕਰਕੇ ਕਾਮਰੇਡ ਵਿਚਾਰਧਾਰਾ ਵਾਲੇ ਆ, ਅਸੀਂ ਤਾਂ ਇਲੈਕਸ਼ਨਾਂ ਜਿੱਤਣੀਆਂ, ਅਸੀਂ ਤਾਂ ਲੋਕਾਂ ਨੂੰ ਖੜੇ ਕਰਕੇ ਆਪਦੀ ਮੂਵਮੈਂਟ ਬਣਾਉਣੀ ਹੈ, ਬਣਾਈ ਜਾਓ, ਪਰ ਕਿਸਾਨ ਤਿਆਰ ਆ, ਕਿਸਾਨ ਗੱਲ ਸਮਝ ਗਏ, ਜਿਹਨੇ ਜ਼ਮੀਨ ਬਚਾਉਣੀ ਹੈ ਉਹ ਘਰ ਘਰ ਦਾ ਭੈਣ, ਘਰ ਘਰ ਦਾ ਨੌਜਵਾਨ, ਹਰੇਕ ਵਰਗ ਦੇ ਵਿੱਚੋਂ ਕਿਸਾਨ ਦਿੱਲੀ ਜਾਣਗੇ। ਇਹ ਸਾਡੇ ਉਤਸ਼ਾਹ ਸਾਨੂੰ ਕਿਸਾਨਾਂ 'ਚ ਦੇਖਣ ਨੂੰ ਮਿਲਿਆ। ਅਤੇ ਲੋਕ ਕਹਿ ਰਹੇ ਨੇ ਜਦੋਂ ਕਿ ਵਿਹਲੇ ਹੁੰਦੇ ਕਿਸਾਨ, ਉਦੋਂ ਇਕੱਠ ਕਰ ਲੈਂਦੇ ਆ, ਉਦੋਂ ਹੀ ਕੋਈ ਨਾ ਕੋਈ ਧਰਨਾ ਲਾ ਦਿੰਦੇ ਆ, ਕਿਤੇ ਨਾ ਤੁਹਾਨੂੰ ਲੱਗਦਾ ਕਿ ਇਹ ਜਦੋਂ ਫੇਰ ਕਰਨ ਜਾਵਾਂਗੇ ਤਾਂ ਫਿਰ ਲੋਕਾਂ ਵੱਲੋਂ ਐਂ ਕੀਤਾ ਜਾਊਗਾ? ਪਿਛਲੀ ਵਾਰ ਤਾਂ ਸਾਥ ਦਿੱਤਾ ਗਿਆ ਸੀਗਾ, ਅੱਕੀ ਵਾਰੀ ਕਹਿੰਦੇ ਆ ਕਿ ਕੋਈ ਨਾ ਕੋਈ ਬਹਾਨਾ ਲਾ ਕੇ ਧਰਨਾ ਲਾ ਲੈਂਦੇ ਆ, ਕੀ ਕਹਿਣਾ ਚਾਹੁੰਦੇ ਇਸ ਵਾਰੀ? ਦੇਖੋ ਮੈਨੂੰ ਲੱਗਦਾ ਇਹ ਕਹਿਣੀ ਗੱਲ ਅਮਲ ਦੇ ਵਿੱਚੋਂ ਬਹੁਤ ਹੌਲੀ ਗੱਲ ਹੈ। ਕਿਸਾਨ ਜਿਹੜੇ ਅੱਜ ਵੀ ਇੱਥੇ ਆ ਨਾ, ਇਹਨਾਂ ਨੂੰ ਪੁੱਛੋ ਵੀ ਤੁਸੀਂ ਕਣਕ ਨੂੰ ਪਾਣੀ ਲਾਤਾ, ਤੁਸੀਂ ਰੇਹ ਛਿੜਤੀ, ਤੁਸੀਂ ਦਵਾਈ ਛਿੜਕਤੀ? ਇਹੀ ਕਿਸਾਨ ਜਾ ਕੇ ਰਾਤ ਨੂੰ ਡਾਂਗਾਂ ਲੈ ਕੇ ਪਸ਼ੂਆਂ ਦੇ ਪਹਿਰਾ ਦਿੰਦੇ ਨੇ, ਇਹਨਾਂ ਕੋਲ ਸਮਾਂ ਕਿੱਥੇ ਆ? ਸਮਾਂ ਤਾਂ ਮਜਬੂਰੀ ਸਾਡੇ ਲਈ ਸਵਾਲ ਹੈ ਕਿ ਭਾਈ ਜਿਹੜੀਆਂ ਮੰਗਾਂ ਮੰਨੀਆਂ, ਸਰਕਾਰ ਤਾਂ ਜਾ ਰਹੀ ਹੈ, ਤੁਸੀਂ ਮਨਾਉਂਦੇ ਨਹੀਂ? ਅਸੀਂ ਫਰਜ਼ ਨਿਭਾਉਣ ਚੱਲੇ ਹਾਂ, ਜੇ ਕਿਸੇ ਨੂੰ ਐਂ ਲੱਗਦਾ ਵੀ ਵਿਹਲੇ ਹੈ, ਉਹ ਸਾਡੇ ਵਾਲਾ ਧੰਦੇ ਦੇ ਵਿੱਚ ਆ ਕੇ ਦੇਖ ਲੇ, 10 ਕਿੱਲੇ ਕਣਕ ਬੀਜ ਕੇ ਦੇਖ ਲੇ,
ਵਿਹਲੇ ਉਹ ਲੋਕਾਂ ਨੂੰ ਲੱਗਦਾ ਹੋਣਾ, ਖਾਸ ਕਰਕੇ ਰਾਜਨੀਤਿਕ ਲੋਕਾਂ ਨੂੰ, ਮੇਰੇ ਹਿਸਾਬ ਨਾਲ ਜਿਹੜਾ ਇਹ ਸਵਾਲ ਹੈ ਨਾ, ਇਹ ਕਿਸੇ ਵਰਗ ਤੋਂ, ਨਾ ਮਜ਼ਦੂਰਾਂ ਤੋਂ ਆ ਸਕਦਾ ਹੈ ਵਰਗ, ਨਾ ਕਿਸਾਨਾਂ ਵੱਲੋਂ ਆ ਸਕਦਾ, ਨਾ ਆੜ੍ਹਤੀਆਂ ਤੋਂ ਆ ਸਕਦਾ, ਨਾ ਸ਼ਹਿਰ ਦੇ ਮੁਲਾਜ਼ਮਾਂ ਤੋਂ ਆ ਸਕਦਾ। ਇਹ ਆਈ ਰਾਜਨੀਤਿਕ ਲੋਕਾਂ ਤੋਂ ਸਕਦਾ ਹੈ ਕਿ ਜਿਹਨੂੰ ਚੁਭਦਿਆ, ਜੀ ਤੋਂ ਮਨਾਉਂਦੇ ਆ ਕਿ ਆਹ ਤੇਰੀ ਗੱਲ ਕਹੀ ਹੋਈ, ਮੰਨ ਆਹ ਮੰਗ ਤੂੰ ਕਹੀ ਹੈ, ਉਹ ਮੰਗਾਂ ਮਨਾਉਣ ਚੱਲਦੇ ਆ ਤੇ ਉਹਨਾਂ ਨੂੰ ਚਿਬਦੇ ਆ ਕਿ ਇਹ ਕਿਸਾਨ ਸੜਕਾਂ ਤੇ ਆ ਕੇ ਸਾਡਾ ਘਰਾਓ ਕਿਉਂ ਕਰਦੇ, ਅਸੀਂ ਮਨ ਮਰਜ਼ੀ ਕਰ ਗਏ, ਮਨ ਮਰਜ਼ੀ ਲੁੱਟ ਗਏ ਤੇ ਮਨ ਮਰਜ਼ੀ ਆਪਦੀਆਂ ਸਰਕਾਰਾਂ ਬਣਾ ਗਈ। ਮੈਨੂੰ ਇਹ ਲੱਗਦਾ ਸਵਾਲ ਉਹਨਾਂ ਦਾ, ਸਾਡੇ ਲਈ ਤਾਂ ਇਹ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿਵੇਂ ਕਾਬਲੇ ਜਾਂਦੇ ਨੇ ਟਰੈਕਟਰ ਵਾਲੇ, ਸਾਡੇ ਪੰਜਾਬ ਦੇ ਵਿੱਚ ਟਰੈਕਟ ਮਾਰਚ ਹੋ ਰਹੇ ਨੇ, ਤੁਸੀਂ ਵੇਖਿਆ ਸੈਂਕੜਿਆਂ ਦੀ ਗਿਣਤੀ ਦੇ ਵਿੱਚੋਂ ਟਰੈਕਟ ਆ ਰਹੇ ਨੇ, ਰੋਜ਼ ਮਾਰਚ ਕਰ ਰਹੇ ਆ। ਆ ਜਿਹੜੀ ਆਪਾਂ ਗੱਡੀ ਕੋਲੋਂ ਪਿੰਡ ਪਿੰਡ ਦੇ ਵਿੱਚ ਜਾ ਰਹੀ ਹੈ, ਆਹ ਮੰਗਾਂ ਵੀ ਦਿੱਤੀਆਂ ਵੀ ਕੋਈ ਭੁਲੇਖੇ 'ਚ ਨਾ ਰਹੇ ਜੇ, ਕਿਸਾਨ ਕਿਉਂ ਦਿੱਲੀ ਜਾ ਰਹੇ ਨੇ, ਇੱਕ ਇੱਕ ਮੰਗ ਨੂੰ ਲੈ ਕੇ ਅਸੀਂ ਲੋਕਾਂ ਨੂੰ ਜਾ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਰਾਜਨੀਤਿਕ ਲੋਕਾਂ ਦਾ ਭੁਲੇਖਾ ਦੂਰ ਹੋਊਗਾ, ਸਰਕਾਰ ਨੂੰ ਮਜਬੂਰ ਕਰਾਂਗੇ ਮੰਗਾਂ ਮਨਾ ਕੇ। ਤੇ ਜਿਵੇਂ ਹੁਣ ਤੁਸੀਂ ਐਲਾਨ ਕਰਤਾ ਕਿ 13 ਫਰਵਰੀ ਨੂੰ ਅਸੀਂ ਜਾਣਾ, ਸਰਕਾਰ ਵੱਲੋਂ ਕਿਹਾ ਗਿਆ ਹੋਵੇ ਕਿ ਆ ਜਾਓ ਜੀ 2 ਮਿੰਟ ਵਾਸਤੇ ਅਸੀਂ ਮੀਟਿੰਗ ਕਰ ਲਈਏ ਬੈਠ ਕੇ, ਕੋਈ ਆਇਆ ਤੁਹਾਡੇ ਕੋਲ ਅਜੇ ਸੱਦਾ? ਹਜੇ ਤੱਕ ਨਾ ਸਾਨੂੰ ਕੋਈ ਪੰਜਾਬ ਸਰਕਾਰ ਵੱਲੋਂ ਨਾ ਕੇਂਦਰ ਵੱਲੋਂ ਕੋਈ ਸੱਦਾ ਨਹੀਂ, ਹਜੇ ਅਸੀਂ ਤਿਆਰੀ 'ਚ ਲੱਗੇ ਹੋਏ ਹਾਂ। ਇਹ ਸਰਕਾਰ ਨੇ ਵੇਖਣਾ ਕਿ ਮੰਗਾਂ ਦੇਣੀਆਂ ਕਿ ਅੱਗੇ ਵਾਂਗੂ ਸੜਕਾਂ 'ਤੇ ਰੋਲਣਾ, ਇਹ ਉਹਦੇ ਛਿੱਟੇ ਭੁਗਤ ਰਹੀਆਂ ਨੇ ਸਰਕਾਰਾਂ। ਜਿਵੇਂ ਅੱਜ ਸੁਬਾਹ ਖੇਤੀ ਮੰਤਰੀ ਨਾਲ ਮੀਟਿੰਗ ਹੋਈ ਸਾਡੇ ਉਹ ਪਰਿਵਾਰਾਂ ਦੀ, ਉਹ ਪਰਿਵਾਰ ਮੰਤਰੀ ਟਾਵਾਂ ਟੋਲ ਕਰ ਰਿਹਾ ਸੀ, ਅਸੀਂ ਤਾਂ ਜੀ ਇਹ ਮੰਗ ਹੀ ਨਹੀਂ ਮੰਨੀ, ਅਸੀਂ ਤਾਂ ਨੌਕਰੀਆਂ ਦਾ ਵਾਅਦਾ ਹੀ ਨਹੀਂ ਕਰਿਆ। ਭਾਈ ਤੂੰ ਜੇ ਵਾਅਦਾ ਨਹੀਂ ਕੀਤਾ, ਤੂੰ ਪ੍ਰੈਸ ਦੇ ਸਾਹਮਣੇ ਆ ਕੇ ਕਹਿੰਦੇ ਅਸੀਂ ਨੌਕਰੀਆਂ ਦੇਣੀਆਂ ਨਹੀਂ, ਗੱਲ ਮੁੱਕਦੀ ਹੈ। ਇਹ ਕਹਿਣਾ ਚਾਹੀਦਾ ਕਿ ਸਾਡੀ ਸਰਕਾਰ ਨੇ ਤੁਹਾਡੇ ਨਾਲ ਕੋਈ ਵਾਅਦਾ ਨਹੀਂ ਕੀਤਾ, ਉਹ ਸਰਕਾਰਾਂ ਤਾਂ ਸਾਡੇ ਲਈ ਤਾਂ ਜਗ੍ਹਾ ਭਾਲਦੀਆਂ ਫਿਰਦੀਆਂ ਕਿ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਜਗ੍ਹਾ ਤੈਅ ਕਰਕੇ ਕੋਈ ਉਹਨਾਂ ਪਾਰਕ ਬਣਾਇਆ ਜਾਵੇ, ਉਹਨਾਂ ਯਾਦ ਕਰੇ, ਉਹਨਾਂ ਦੀ ਫੋਟੋਆਂ ਲਾਈਆਂ ਜਾਣ। ਤੇ ਤੂੰ ਕਹਿੰਦਾ ਜਿਹੜੇ ਧਰਨਿਆਂ 'ਚੋਂ ਆਇਆ, ਜਿਹੜੇ ਧਰਨਿਆਂ 'ਚੋਂ ਸਰਕਾਰ ਬਣਾਈ ਹੈ, ਜਿਹੜੇ ਤਾਂ ਤੂੰ ਮੰਤਰੀ ਬਣਿਆ, ਤੇ ਤੂੰ ਕਹਿੰਦਾ ਸਾਡੇ ਨਾਲ ਵਾਅਦਾ ਹੀ ਨਹੀਂ ਕੀਤਾ। ਫਿਰ ਭਾਈ ਪ੍ਰੈਸ 'ਚ ਆ ਕੇ ਮੁੱਖ ਮੰਤਰੀ ਕਹਦੇ, ਖੇਤੀ ਮੰਤਰੀ ਆ ਤੂੰ ਕਹਦੇ ਕਿ ਅਸੀਂ ਲੋਕਾਂ ਨਾਲ ਕੋਈ ਵਾਅਦਾ ਨਹੀਂ ਪੂਰਾ ਕਰਨਾ, ਆਖਰ ਨੂੰ ਇਹ ਮੰਗਾਂ ਮੰਨਣੀਆਂ ਪੈਣ। ਤੇ ਇੱਕ ਨਾ ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਸੀਗਾ, ਉਸ ਤੋਂ ਪਹਿਲਾਂ ਇੱਕ ਬੀਬਾ ਸੀਗੀ, ਉਹਨਾਂ ਨੇ ਕਹਿਤਾ ਸੀਗਾ ਚੁਟਕੀ 'ਚ ਮੰਗਾਂ ਪੂਰੀ ਕਰਦਾਂਗੇ, ਹੁਣ ਅਜੋ ਮੰਤਰੀ ਬਣੇ ਪਏ, ਉਹਨਾਂ ਬਾਰੇ ਕੀ ਕਹਿਣਾ? ਦੇਖੋ ਵਿਚਾਰੋ ਲਟਕੀ ਹੈ ਬੀਬੇ, ਅਮਲ ਦੇ ਵਿੱਚੋਂ, ਨਸ਼ੇ ਦੇ ਵਿੱਚੋਂ ਹੋ ਸਕਦਾ ਜ਼ਿਆਦਾ ਚੜ ਗਈ, ਉਦੋਂ ਲੱਗਦਾ ਵੀ ਸਰਕਾਰਾਂ ਤਾਂ 2 ਮਿੰਟ ਦਾ ਚੁਟਕੀ ਦੇ ਵਿੱਚ ਅਸੀਂ MSP ਸਾਰੀਆਂ ਫਸਲਾਂ 'ਤੇ ਦੇਵਾਂਗੇ, ਇਹ ਕਿਹਾ ਸੀ ਉਹਨੇ ਸਾਰੀਆਂ 'ਤੇ ਕੱਲੀਆਂ 'ਤੇ, ਇੱਕ ਤਾਂ ਨਹੀਂ, ਇਹ ਨਹੀਂ ਕਿਹਾ ਵੀ MSP ਸਰਕਾਰ ਤੋਂ ਮਨਾ ਲਾਂਗੇ। ਇਹਨਾਂ ਦੇ ਬੰਦੜ 'ਤੇ ਵੀ ਕਹਿਤਾ ਸੀ ਵੀ ਕੇਸਰੀਵਾਲ ਨੇ ਇਹੋ ਜਿਹੀ ਦਵਾਈ ਬਣਾ ਦਿੱਤੀ, ਲੋਕਾਂ ਨੂੰ ਪਰਾਲੀ 'ਤੇ ਦਵਾਈ ਛਿੜਕਦਾ ਕਰੋ, ਇੱਥੇ ਨਸ਼ਟ ਹੋ ਜੂਗੀ, ਅੱਜ ਸਾਰੀ ਚੁੱਪ ਨੇ। ਅਤੇ ਪਿੱਛੋਂ ਜਦੋਂ ਤਾਕਤ ਦੇਤੀ, ਜਦੋਂ ਉਹਨੂੰ ਮੰਤਰੀ ਮੰਤਰ ਵੀ ਬਣਾ ਲਿਆ ਮੰਡਲ 'ਚ, ਅਤੇ ਅੱਜ ਜਦੋਂ ਲੋਕਾਂ ਨੂੰ ਮਸਲੇ ਹੱਲ ਕਰਨੇ ਸੀ, ਫਿਰ ਕਹਿੰਦੀ ਤਾਂ ਮੈਂ ਤਾਂ ਅਣਜਾਣ ਸੀ, ਮੈਨੂੰ ਤਾਂ ਪਤਾ ਨਹੀਂ ਲੱਗਿਆ, ਇਹਨੂੰ ਸਮਾਂ ਚਾਹੀਦਾ। ਇਹ ਹੁਣ ਮੰਤਰੀਆਂ ਤੋਂ ਕੀ ਇਹ ਸਵਾਲ ਹੈ? ਅਸੀਂ ਉਸੇ ਸਵਾਲਾਂ ਤੱਕ ਧਰਨੇ ਲਾਉਣੇ, ਇਹੀ ਸਵਾਲ ਤਾਂ ਉਹਨਾਂ ਤੋਂ ਪੁੱਛਦੇ ਹਾਂ, ਇਹੀ ਉਹਨਾਂ ਨੂੰ ਚੁਭਦੇ ਆ, ਇਹੀ ਚੁਭਦੇ ਨੇ ਕਿ ਕਿਸਾਨ ਹਜੇ ਵੀ ਜਿਵੇਂ ਮਰਜ਼ੀ ਅਸੀਂ ਕਹੀ ਜਾਈਏ, ਖਾਸ ਕਰਕੇ ਮੁੱਖ ਮੰਤਰੀ ਨੂੰ ਬਹੁਤ ਚੁਭ ਰਹੇ ਹਾਂ। ਮੁੱਖ ਮੰਤਰੀ ਦੇ ਭਲਾ ਗੱਲਾਂ ਕਹੀਆਂ ਅਸੀਂ ਤਾਂ ਕਹੀਆਂ ਨਹੀਂ, ਕਿਸੇ ਵੀ ਕਿਸਾਨ ਜੁਣੀ ਆਣ ਦੀ ਇਹ ਮੰਗ ਨਹੀਂ ਸੀ, ਸਾਡੀ ਮੰਗ ਸੀ ਸਾਡੀਆਂ ਫਸਲਾਂ ਮਰੀਆਂ ਨੇ, ਚਾਹੇ ਉਹ ਕਣਕ ਹੈ, ਚਾਹੇ ਝੋਨਾ ਹੈ, ਚਾਹੇ ਨਰਮਾ ਹੈ, ਚਾਹੇ ਸਬਜ਼ੀਆਂ, ਚਾਹੇ ਗੰਨਾ ਹੈ, ਇਹਦਾ ਨੁਕਸਾਨ ਦਾ ਮਾਜਵਾ ਦਿਓ। ਅਸੀਂ ਕਿਹੜੇ ਕਿਸਾਨ ਆਗੂ ਨੇ ਕਿਹਾ ਵੀ ਮੁਰਗੀਆਂ ਦਾ ਦਿਓ, ਕਿਹੜਿਆਂ ਨੇ ਕਿਹਾ ਬੱਕਰੀਆਂ ਦਾ ਦਿਓ, ਆਪ ਹੀ ਕਿਹਾ ਨਾ, ਅਤੇ ਅੱਜ ਦਿੱਤਾ ਕਿਸੇ ਨੂੰ ਨਹੀਂ, ਅਤੇ ਫਿਰ ਲੋਕ ਸੜਕਾਂ 'ਤੇ ਆਉਣਗੇ, ਸੜਕਾਂ 'ਤੇ ਸੱਦਦਾ ਤਾਂ ਆਪ ਹੈ, ਅਤੇ ਮਗਰੋਂ ਕਹਿੰਦਾ ਕਿਸਾਨ ਸੜਕਾਂ 'ਤੇ ਕਿਉਂ ਬੈਠ, ਤਾਂ ਇਵੇਂ ਜ਼ਿਕਰ, ਕਿਉਂਕਿ ਅੱਜ ਗ੍ਰਹਿ ਪਵਾਗ ਇਹਦੇ ਕੋਲ, ਗ੍ਰਹਿ ਪਵਾਗ ਅਮਿਤ ਸ਼ਾਹ ਕੋਲ, ਉਹਦੇ ਨਾਲ ਇਹਦੀ ਜਾਰੀ ਹੈ, ਦੋਸਤੀ ਹੈ, ਦੋਨਾਂ ਕੋਲ ਡੰਡਾ ਹੱਥ 'ਚ, ਇਹ ਡੰਡੇ ਨਾਲ ਲੋਕਾਂ ਨੂੰ ਦਬਾਉਣਾ ਚਾਹੁੰਦੇ ਨੇ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ, ਲੋਕ ਆਪਦੇ ਇਨਸਾਫ ਲਈ ਲੜਦੇ ਨੇ, ਆਪਦੀਆਂ ਮੰਗਾਂ ਲਈ ਲੜਦੇ ਨੇ। ਮੈਂ ਖਾਸ ਕਰਕੇ ਤੁਹਾਡੇ ਚੈਨਲ ਤੋਂ ਇਹੀ ਬੇਨਤੀ ਕਰੂੰਗਾ ਭਰਾਵੋ, ਸਮਾਂ ਬਹੁਤ ਥੋੜ੍ਹਾ ਹੈ, ਹਰੇਕ ਘਰ ਦੇ ਵਿੱਚੋਂ ਇੱਕ ਜੀ ਦਿੱਲੀ ਮੋਰਚੇ ਲਈ 13 ਫਰਵਰੀ ਨੂੰ ਲਾਜ਼ਮੀ ਜਾਣਾ ਚਾਹੀਦਾ ਕਿ ਜਿਹੜੀਆਂ ਮੰਗਾਂ ਮਨਾਈਏ, ਅਤੇ ਸਾਡੇ 'ਤੇ ਕੋਈ ਸਵਾਲ ਨਾ ਕਰੇ ਕਿ ਜਿਹੜੇ ਸਮੇਂ ਦੇ ਆਗੂ ਸੀ, ਨਹੀਂ ਅਸੀਂ ਪਿਛਲੇ ਪੋਤਲੇ ਫਰੋਲੀ ਜਾਂਦੇ ਹਾਂ, 47 ਵੇਲੇ ਦੇ ਲੋਕ ਸਟੈਂਡ ਲੈ ਲੈਂਦੇ, ਆਹ ਕੁਛ ਨਹੀਂ ਹੋਣਾ ਸੀ, 84 'ਚ ਲੋਕ ਸਟੈਂਡ ਲੈ ਲੈਂਦੇ, ਆਹ ਕੁਛ ਨਹੀਂ ਹੋਣਾ ਸੀ। ਮੈਂ ਤਾਂ ਇਹ ਕਹਿੰਦਾ ਵੀ ਲੋਕ ਦਿੱਲੀ ਜਿਹੜਾ ਮੋਰਚਾ ਲਾਇਆ ਉਹ ਤੋਂ ਸਿੱਖ ਲੈਂਦੇ, ਤਾਂ ਨਹੀਂ ਹੋਣਾ ਸੀ, ਸਾਡੇ ਵਾਲਿਆਂ ਨੂੰ ਵੀ ਹਵਾ ਜੀ ਆ ਗਈ ਸੀ ਕੁਛ ਨੂੰ।
ਕਿ ਮੁੱਖ ਮੰਤਰੀ ਬਣ ਜਾਂਗੇ, ਇਲੈਕਸ਼ਨ ਲੜ ਲਈਏ, ਮੋਰਚਾ ਛੱਡ ਦੇਈਏ, ਅੱਜ ਫਿਰ ਕਹੀ ਜਾਂਦੇ ਆ ਮੋਰਚੇ ਤੋਂ ਬਗੈਰ ਨਹੀਂ ਕੁਛ ਹੋਣਾ। ਭਰਾਵੋ ਮੈਂ ਇਹੀ ਕਹਿਣਾ, ਸੜਕ ਤੇ ਬੈਠੇ ਤੋਂ ਬਿਨਾਂ ਕੋਈ ਮੰਗ ਨਹੀਂ ਮੰਨੀ ਜਾਣੀ। ਜਿਹੜੇ ਲੋਕਾਂ ਨੂੰ ਹਜੇ ਵੀ ਦਿਮਾਗ 'ਚ ਆ ਕਿ MLA ਬਣ ਕੇ ਮੈਂ ਕੁਛ ਕਰ ਦੂੰ, MP ਬਣ ਕੇ ਕੁਛ ਕਰ ਦੂੰ, ਮੁੱਖ ਮੰਤਰੀ ਬਣ ਕੇ, ਜਿਹੜੇ ਤਿੰਨੇ ਕਾਨੂੰਨ ਹੈ, ਇਤਿਹਾਸ ਜਿੱਤ ਹੈ, ਇਤਿਹਾਸ ਲਿਖਿਆ ਗਿਆ ਕਿ ਪਾਰਲੀਮੈਂਟ ਦੇ ਵਿੱਚੋਂ ਪਾਸ ਹੋਏ ਲੋਕਾਂ ਨੇ ਫੇਲ ਕਰਾ ਕੇ ਰੱਦ ਕਰਵਾਤੇ ਸੜਕਾਂ 'ਤੇ ਬੈਠ ਕੇ। ਨਾ ਕੋਈ MLA ਸੀ, ਨਾ ਸਾਡਾ ਕੋਈ ਮੰਤਰੀ ਸੀ, ਨਾ ਸਾਡਾ ਕੋਈ ਸਰਕਾਰ ਸੀ, ਅਸੀਂ ਸੜਕਾਂ 'ਤੇ ਬੈਠੇ, ਪਰ ਅਸੀਂ ਕੁਰਬਾਨੀਆਂ ਦਿੱਤੀਆਂ, ਅਰਸੋ ਸ਼ਹੀਦੀਆਂ ਪਾਈਆਂ, ਮੰਗਾਂ ਮਨਾਈਆਂ। ਇਵੇਂ ਜੇਕਰ ਆਉਣ ਵਾਲੇ ਦਿਨ ਜਿਹੜੇ ਭੁਲੇਖੇ ਮੰਗਾਂ ਮਨਾ ਕੇ ਆਵਾਂਗੇ। ਧੰਨਵਾਦ। ਲਾਸਟ ਇੱਕ ਸਵਾਲ ਹੋਰ ਹੈ, ਤੁਸੀਂ ਪਿਛਲੀ ਵਾਰੀ ਜਦੋਂ ਗਏ ਸੀ ਦਿੱਲੀ, ਕੁਝ ਮਹੀਨੇ ਕਹਿ ਕੇ ਗਏ ਸੀਗੇ ਤੇ ਤਿਆਰੀ ਪੂਰੀ ਫੁੱਲ ਹੋ ਗਈ ਸੀ, ਰਾਸ਼ਨ ਪਾਣੀ ਸਾਰਾ ਇਕੱਠਾ ਕਰ ਲਿਆ ਸੀ, ਅਤਕੀ ਵਾਰੀ ਕਿੰਨੇ ਮਹੀਨੇ ਜਾਓਗੇ ਤੇ ਕਿੰਨੇ ਪ੍ਰਬੰਧ ਕੀਤੇ ਗਏ ਨੇ? ਦੇਖੋ, ਅੱਗੇ ਵੀ ਕੋਈ ਸਮਾਂ ਤੈਅ ਨਹੀਂ ਸੀ, ਐਤਕ ਵੀ ਕੋਈ ਸਮਾਂ ਤੈਅ ਨਹੀਂ, ਪਰ ਸੱਦਾ ਅਸੀਂ ਉਦੋਂ ਵੀ ਉਹੀ ਦਿੱਤਾ ਸੀ ਕਿ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਜਾਵਾਂਗੇ। ਅੱਜ ਵੀ ਅਸੀਂ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਜਾਵਾਂਗੇ। 6 ਮਹੀਨਿਆਂ ਦੇ ਰਾਸ਼ਨ ਦੇ ਨਾਲ ਚੋਣ ਜਾਬਤਾ ਆਪੇ ਆਟੋਮੈਟਿਕ ਕੈਂਸਲ ਹੋ ਜਾਊਗਾ, ਸਾਡਾ ਮੋਰਚਾ ਉੱਥੇ ਡਟਿਆ ਰਹਿਣਾ। ਪਰ ਸਰਕਾਰ ਦੀ ਜ਼ਿੰਮੇਵਾਰੀ ਹੈ, ਸਾਨੂੰ ਬਹਾਉਣਾ ਹੈ, ਰਾਸ਼ਨ ਇਕੱਠਾ ਕਰਾਉਣਾ ਹੈ, ਨਹੀਂ ਕਰਾਉਣਾ, ਸਾਡੀਆਂ ਮੰਗਾਂ ਮੰਨ ਲਏ ਸਰਕਾਰ, ਸਾਨੂੰ ਜਾਣ ਦੀ ਲੋੜ ਨਹੀਂ, ਇਹ ਸਰਕਾਰ ਤੇ ਨਿਰਭਰ ਹੈ, ਅਸੀਂ ਸਾਡੀ ਤਾਰੀਫ ਹੋ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਕਿਸਾਨ ਆਗੂਆਂ ਨੇ ਕਿਹਾ 13 ਫਰਵਰੀ ਨੂੰ ਅਸੀਂ ਦਿੱਲੀ ਜਾਣਾ ਹੀ ਜਾਣਾ ਹੈ, ਤੇ ਉਸ ਦਿਨ ਤੁਹਾਨੂੰ ਵੀ ਤਸਵੀਰਾਂ ਦਿਖਾਉਂਦੇ ਰਵਾਂਗੇ। ਤੇ ਹੁਣ ਦੋ ਮੈਨੂੰ ਇਜਾਜ਼ਤ, ਮੈਂ ਮਨੀਸ਼ ਚੌਹਾਨ, ਭਾਰਤ ਨੈਟਵਰਕ TV, ਬਠਿੰਡਾ।